ਹੋਣਾ, ਕਿਉਂਕਿ ਬਹੁਤ ਸਾਰੀਆਂ ਪਟੀਸ਼ਨਾਂ ਜਿਹੜੀਆਂ ਸੁਪਰੀਮ ਕੋਰਟ ਦੇ ਵਿੱਚ ਪਈਆਂ, ਉਹਨਾਂ ਦੇ ਵਿੱਚੋਂ ਇੱਕ ਕੇਰਲ ਸਰਕਾਰ ਵੱਲੋਂ ਵੀ ਪਾਈ ਗਈ ਆ ਪਟੀਸ਼ਨ। ਮਤਲਬ ਤਕਰੀਬਨ ਲਗਭਗ 150 ਦੇ ਕਰੀਬ ਇਹ ਪਟੀਸ਼ਨ ਆ ਜਿਹਨਾਂ ਤੇ ਸੁਣਵਾਈ ਹੋਣੀ ਆ। ਤਾਂ ਜ਼ਾਰਾ ਜੀ ਗੱਲ ਆ ਕਿ ਸਾਰੀਆਂ ਪਟੀਸ਼ਨਾਂ ਦੇ ਜਵਾਬ ਜਿਹੜੇ ਆ ਉਹ ਇੰਨੀ ਛੇਤੀ ਮੇਰੇ ਖਿਆਲ ਦੇ ਨਾਲ ਸੰਭਵ ਨਹੀਂ ਸਨ ਕਿ ਕੇਂਦਰ ਸਰਕਾਰ ਦੇ ਦੇਵੇ। ਚਲੋ ਇਹਨਾਂ ਨੂੰ ਸਮਾਂ ਮਿਲ ਜਾਣਾ ਸੀਗਾ, ਹਾਲਾਂਕਿ 6 ਹਫ਼ਤਿਆਂ ਦਾ ਮੰਗਦੇ ਸਨ ਤੇ ਉਹਨਾਂ ਨੇ ਦਿੱਤਾ 4 ਹਫ਼ਤਿਆਂ ਦਾ, ਯਾਨੀ 4 ਹਫ਼ਤਿਆਂ ਦੇ ਵਿੱਚ ਵਿੱਚ ਇਹਨਾਂ ਨੇ ਸਾਰੇ ਜਵਾਬ ਦਾਖਲ ਕਰਨੇ ਆ। ਪਰ ਮੇਰੇ ਲਈ ਜਿਹੜੀ ਅਚੰਭੇ ਵਾਲੀ ਗੱਲ ਆ ਕਿ ਸਟੇ ਨਹੀਂ ਹੋਇਆ ਸੁਪਰੀਮ ਕੋਰਟ ਨੇ, ਜਿਹੜੀਆਂ ਅੱਜ 4-5 ਗੱਲਾਂ ਕੀਤੀਆਂ ਉਹਨਾਂ ਚੋਂ ਸਭ ਮੁੱਖ ਗੱਲ ਜਿਹੜੀ ਸਭ ਤੋਂ ਸੀਗੀ ਉਹ ਇਹੋ ਸੀਗੀ ਕਿ ਸਟੇ ਉਹਨਾਂ ਆਖਿਆ ਕਿ ਫਿਲਹਾਲ ਅਸੀਂ ਨਹੀਂ ਦੇ ਰਹੇ। ਔਰ ਕਮਾਲ ਦੀ ਗੱਲ ਆ, ਮੈਂ ਹੁਣੇ ਵਿਕਾਸ ਸਿੰਘ ਨੂੰ ਸੁਣ ਰਿਹਾ ਸੀਗਾ, ਵਿਕਾਸ ਜੀ ਉਹ ਸ਼ਖਸ ਨੇ ਜਿਹੜੇ ਮੇਰੇ ਖਿਆਲ ਦੇ ਨਾਲ ਸਾਬਕਾ ਅਟਾਰਨੀ ਜਨਰਲ ਰਹੇ, ਤਾਂ ਉਹ ਵੀ ਇਸ ਮਾਮਲੇ ਦੇ ਵਿੱਚ ਮਤਲਬ ਕਿ ਪਾਰਟੀ ਨੇ ਵਕੀਲ ਨੇ, ਤਾਂ ਉਹ ਕਹਿੰਦੇ ਕਿ ਇਹਨਾਂ ਦਾ ਕੋਈ ਕਾਂਗਰਸੀਆਂ ਦਾ ਵੀ ਮੈਨੂੰ ਤੇ ਅੱਜ ਹਿਡਨ ਏਜੰਡਾ ਨਜ਼ਰ ਆਇਆ। ਮਤਲਬ ਕਿ ਮੈਂ ਸਟੇ ਮੰਗ ਰਿਹਾ ਸੀਗਾ ਕਿ ਇਸ ਕਾਨੂੰਨ ਨੂੰ ਸਟੇ ਕਰ ਦਿੱਤਾ ਜਾਵੇ ਫਿਲਹਾਲ, ਤਾਂ ਕਿ ਥੋੜਾ ਜਿਹਾ ਮਾਹੌਲ ਜਿਹੜਾ ਸ਼ਾਂਤਮਈ ਹੋ ਜਾਵੇ। ਤਾਂ ਉਹ ਕਹਿੰਦੇ ਕਿ ਕਪਿਲ ਸਿੱਬਲ ਤੇ ਅਭਿਸ਼ੇਕ ਮਨੂ ਸਿੰਘ ਵੀ ਆ ਜਿਹੜੇ ਮਤਲਬ ਕਿ ਕਾਂਗਰਸ ਦੇ ਜਿਹੜੇ ਬਹੁਤ ਵੱਡੇ ਨੇਤਾ ਵੀ ਆ ਤੇ ਬਹੁਤ ਵੱਡੇ ਵਕੀਲ ਵੀ ਆ, ਕਿ ਇਹਨਾਂ ਨੇ ਮੈਨੂੰ ਅਪੋਜ਼ ਕੀਤਾ ਉੱਥੇ, ਮਤਲਬ ਕਿ ਸਟੇ ਲੈਣ ਦੇ ਹੱਕ ਦੇ ਵਿੱਚ ਹੀ ਨਹੀਂ ਸੀਗੇ। ਤਾਂ ਉਹ ਫਿਰ ਹਿਡਨ ਏਜੰਡਾ ਕੀ ਹੋਏਗਾ, ਹਿਡਨ ਏਜੰਡਾ ਤੇ ਇਹੀ ਸਮਝ ਆਉਂਦਾ ਕਿ ਕੰਮ ਇਸ ਤਰ੍ਹਾਂ ਹੀ ਚੱਲਣਾ ਚਾਹੀਦਾ ਤਾਂ ਕਿ ਕਾਂਗਰਸ ਨੂੰ ਹੋਰ ਲਾਭ ਮਿਲੇ। ਮਤਲਬ ਕਿ ਜਿਸ ਤਰ੍ਹਾਂ ਦੀ ਇੱਕ ਨਾਰਾਜ਼ਗੀ ਹੈ, ਜਿਸ ਤਰ੍ਹਾਂ ਦੇ ਪ੍ਰੋਟੈਸਟ ਚੱਲ ਰਹੇ ਨੇ ਸਿਲਸਿਲੇਵਾਰ ਤਰੀਕੇ ਦੇ ਨਾਲ, ਕਿ ਇਹ ਇਸ ਤਰ੍ਹਾਂ ਅੱਗੇ ਚੱਲਦੇ ਰਹਿਣ ਤਾਂ ਕਿ ਸਾਨੂੰ ਸਿਆਸੀ ਤੌਰ ਤੇ ਲਾਹਾ ਹੋਵੇ, ਤਾਂ ਇਹ ਹੈਰਾਨ ਕਰਨ ਵਾਲੀ ਉਹਨਾਂ ਨੇ ਅੱਜ ਗੱਲ ਦੱਸੀ ਆ। ਤਾਂ ਖੈਰ ਜਦੋਂ ਇਹ ਆਪ ਹੀ ਨਹੀਂ ਸੀ ਮੰਗ ਕੇ ਰਾਜੀ ਤਾਂ ਫਿਰ ਸਟੇ ਕਿੰਨੇ ਕਰਨਾ, ਪਰ ਉਹ ਦੱਸ ਰਹੇ ਸਨ, ਬਹੁਤ ਵੱਡੇ ਵਕੀਲ ਨੇ ਉਹ ਵੀ, ਉਹ ਦੱਸ ਰਹੇ ਸਨ ਕਿ ਸਟੇ ਜਿਹੜਾ ਉਹ ਮਿਲਣਾ ਚਾਹੀਦਾ ਸੀਗਾ, ਪਰ ਸਟੇ ਲਈ ਇਹਨਾਂ ਨੇ ਕੋਸ਼ਿਸ਼ ਨਹੀਂ ਕੀਤੀ। ਤਾਂ ਖੈਰ ਹੁਣ ਸਟੇ ਤਾਂ ਨਹੀਂ ਹੋਇਆ, ਪਰ ਇਹਨਾਂ ਨੇ ਕੇਂਦਰ ਨੇ ਜਾ ਕੇ ਉੱਥੇ ਇਹ ਗੱਲ ਆਖੀ ਆ ਕਿ ਹਾਲ ਦੀ ਘੜੀ ਅਸੀਂ ਕੈਦੇ ਕਾਨੂੰਨ ਜਿਹੜੇ ਉਹ ਬਣਾਉਣੇ ਆ, ਮਤਲਬ ਕਿ ਨੋਟੀਫਾਈਡ ਜ਼ਰੂਰ ਕਰ ਦਿੱਤਾ ਗਿਆ ਕੈਦੇ ਕਾਨੂੰਨ ਬਣਾਉਣੇ ਆ। ਤਾਂ ਸਮਾਂ ਇਹਨਾਂ ਕੋਲੇ ਹੁਣ ਕਾਫੀ ਹੋਏਗਾ, ਲੋਕਾਂ ਕੋਲ ਇੰਤਜ਼ਾਰ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਹੋਊਗਾ। ਤੇ ਇੰਤਜ਼ਾਰ ਬਾਰੇ ਤੁਹਾਨੂੰ ਪਤਾ ਹੈ, ਕਾਨੂੰਨੀ ਇੰਤਜ਼ਾਰ ਬਾਰੇ ਕਿਸੇ ਨੇ ਬਹੁਤ ਖੂਬ ਕਿਹਾ, ਇਹ ਜੋ ਪੱਥਰ ਹੈ ਆਦਮੀ ਥਾ ਕਭੀ ਇਸਕੋ ਕਹਿਤੇ ਹੈ ਇੰਤਜ਼ਾਰ ਮੀਆਂ। ਤਾਂ ਉਹ ਇੰਤਜ਼ਾਰ ਹੋ ਕਰਦਿਆਂ ਕਰਦਿਆਂ ਕਈ ਵਾਰ ਇੰਨਾ ਵਕਬਾ ਲਗਾ ਦਿੰਦਾ ਕਾਨੂੰਨ ਕਿ ਪੱਥਰ ਹੋ ਜਾਂਦਾ ਇਨਸਾਨ। ਤਾਂ ਖੈਰ ਥੋੜਾ ਇੰਤਜ਼ਾਰ ਤੇ ਕਰਨਾ ਪਵੇਗਾ। ਤਾਂ ਖੈਰ ਸਭ ਤੋਂ ਵੱਡੀ ਗੱਲ ਜਿਹੜੀ ਆ ਉਹ ਇਹੋ ਹੀ ਰਹੀ ਆ ਕਿ ਇਹਨਾਂ ਨੇ ਜਾ ਕੇ ਇਹ ਸਮਾਂ ਹੀ ਮੰਗਿਆ, ਹੋਰ ਕੋਈ ਇਹਨਾਂ ਨੇ ਕੋਈ ਬਹੁਤੀ ਗੱਲ ਨਹੀਂ ਕੀਤੀ। ਤਾਂ ਜਿਹੜਾ ਹੁਣ ਜਵਾਬ ਆਏਗਾ ਉਸ ਤੋਂ ਬਾਅਦ ਸੁਪਰੀਮ ਕੋਰਟ ਵੇਖੇਗਾ ਕਿ ਮਸਲਾ ਜਿਹੜਾ ਸੰਵਿਧਾਨਕ ਬੈਂਚ ਨੇ ਵਿਚਾਰਨਾ ਕਿ ਉਹ ਸਹੀ ਆ ਜਾਂ ਗਲਤ ਆ। ਜਿਸ ਤਰ੍ਹਾਂ ਹੁਣ ਆਪਾਂ ਦੇਖਦੇ ਹੀ ਪਏ ਕਿ ਕੁਛ ਕਾਨੂੰਨੀ ਮਾਹਰ ਕਹਿੰਦੇ ਆ ਕਿ ਇਹ ਗਲਤ ਆ, ਗੈਰ ਸੰਵਿਧਾਨਕ ਆ, ਕੁਛ ਲੋਕ ਕਹਿੰਦੇ ਆ ਕਿ ਨਹੀਂ ਇਹ ਗੈਰ ਸੰਵਿਧਾਨਕ ਨਹੀਂ ਹੈ। ਤਾਂ ਫੈਸਲਾ ਹੁਣ ਸੁਪਰੀਮ ਕੋਰਟ ਨੇ ਕਰਨਾ, ਪਰ ਸਭ ਤੋਂ ਵੱਡਾ ਫੈਸਲਾ ਤੇ ਅਮਿਤ ਸ਼ਾਹ ਨੇ ਪਹਿਲਾਂ ਹੀ ਸੁਣਾ ਦਿੱਤਾ, ਤੁਸੀਂ ਸੁਣ ਲਿਆ ਹੋਣਾ, ਕਿਉਂਕਿ ਅਮਿਤ ਸ਼ਾਹ ਨੇ ਸੁਪਰੀਮ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਲਖਨਊ ਦੇ ਵਿੱਚ ਪੱਟ ਤੇ ਠਾਪੀ ਮਾਰ ਕੇ ਜਿਹੜੀ ਗੱਲ ਆਖੀ ਉਹ ਲੱਗਦਾ ਉਹ ਕਿ ਫੈਸਲਾ ਤੇ ਆ ਚੁੱਕਾ। ਫੈਸਲਾ ਕੀ ਆ, ਉਹ ਕਹਿੰਦੇ ਕਿ ਅਸੀਂ ਤੇ 3 ਇੰਚ ਵੀ ਪਿੱਛੇ ਨਹੀਂ ਹਟਣਾ, ਮਤਲਬ ਕਿ CAA ਤੋਂ ਅਸੀਂ ਇੱਕ ਪੈਰ ਵੀ ਪਿਛਾ ਨਹੀਂ ਪੁੱਟਣਾ। ਇਹ ਕੀ ਆ, ਇਹ ਸੁਪਰੀਮ ਕੋਰਟ ਨੂੰ ਦੱਸ ਰਹੇ ਆ ਕਿ ਸਾਡੀ ਭਾਈ ਰਾਏ ਇਹ ਆ, ਸਾਡੀ ਸਲਾਹ ਇਹ ਆ, ਅਸੀਂ ਤਾਂ ਹੁਣ ਇਸ ਤਰ੍ਹਾਂ ਕਰਨਾ। ਕਹਿੰਦੇ ਨੇ ਸਾਡਾ ਮੁੰਡਾ ਤੇ ਇਸ ਤਰ੍ਹਾਂ ਹੀ ਕਰੂਗਾ, ਇਸ ਤਰ੍ਹਾਂ ਹੀ ਕਰੂਗਾ। ਤਾਂ ਕਹਿਣ ਦਾ ਭਾਵ ਇਹ ਹੋਆ ਕਿ ਅਮਿਤ ਸ਼ਾਹ ਆਪਣਾ ਫੈਸਲਾ ਜਿਹੜਾ ਸੁਣਾ ਚੁੱਕੇ ਆ। ਹੁਣ ਸਵਾਲ ਇੱਥੇ ਉੱਠੇਗਾ ਕਿ ਜੇ ਮੰਨ ਲਓ ਕੱਲ ਨੂੰ ਸੁਪਰੀਮ ਕੋਰਟ ਇਹ ਚੀਜ਼ਾਂ ਜਿਹੜੀਆਂ ਨੇ ਉਹ ਰੱਦ ਕਰ ਦਿੰਦੀ ਹੈ, ਜਿਹਨਾਂ ਦੇ ਆਧਾਰ ਤੇ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਇਹ ਗੱਲ ਕਹਿਣਗੇ ਕਿ ਹਾਂਜੀ ਅਸੀਂ ਇਸ ਨੂੰ ਵੈਲਿਡ ਬਣਾਇਆ ਆਪਦੇ ਬੰਦੇ, ਤਾਂ ਉਹ ਚੀਜ਼ਾਂ ਜੇ ਨਹੀਂ ਮੰਨੀਆਂ ਜਾਂਦੀਆਂ ਠੀਕ ਆ, ਤਾਂ ਕੀ ਉਸ ਵੇਲੇ ਵੀ ਅਮਿਤ ਸ਼ਾਹ ਇਹ ਗੱਲ ਆਖੂਗਾ ਕਿ ਅਸੀਂ 1 ਇੰਚ ਵੀ ਪਿੱਛੇ ਨਹੀਂ ਹਟਣਾ। ਸਵਾਲ ਇਹ ਆ। ਔਰ ਦੂਜੀ ਗੱਲ ਇਹ ਆ ਕਿ ਜਿਸ ਤਰੀਕੇ ਨਾਲ ਸਟੇ ਨਹੀਂ ਹੋਇਆ ਉਹ ਵੀ ਆ ਕਿ ਕੱਲ ਨੂੰ ਕੁਛ ਮੰਨ ਲਓ ਇਸ ਮਾਮਲੇ ਦੇ ਵਿੱਚ ਐਕਸਰਸਾਈਜ਼ ਕਰ ਦਿੱਤੀ ਜਾਂਦੀ ਹੈ ਨਾ, ਕੋਈ ਵੀ ਮੰਨ ਲਓ ਡਿਵੈਲਪਮੈਂਟ ਹੁੰਦੀ ਹੈ ਇਸ ਮਾਮਲੇ ਦੇ ਵਿੱਚ, ਇੰਪਲੀਮੈਂਟ ਹੁੰਦਾ ਜਾਂ ਕੁਛ ਵੀ ਹੁੰਦਾ, ਤਾਂ ਤੁਸੀਂ ਇਹ ਵੇਖੋ ਕਿ ਫੇਰ ਮੰਨ ਲਓ ਇਹਨੂੰ ਗੈਰ ਸੰਵਿਧਾਨਕ ਮੰਨ ਲਿਆ ਜਾਂਦਾ ਹੈ ਸੁਪਰੀਮ ਕੋਰਟ ਚ, ਤਾਂ ਉਦੋਂ ਕੀ ਪਰਿਸਥਿਤੀਆਂ ਹੋਣਗੀਆਂ। ਇਹ ਵੀ ਇੱਕ ਬੜਾ ਦਿਲਚਸਪ ਤੱਥ ਹੈ। ਤਾਂ ਖੈਰ ਬਹਰਹਾਲ ਇੰਤਜ਼ਾਰ ਕਰਦੇ ਰਹੋ, 4 ਹਫ਼ਤਿਆਂ ਬਾਅਦ ਫੇਰ ਸੁਣਵਾਈ ਹੋਏਗੀ, ਫਿਰ ਦੇਖਦੇ ਹਾਂ ਕਿ ਇਹ ਕੀ ਜਵਾਬ ਦਾਖਲ ਕਰਦੇ। ਪਰ ਮੇਰੇ ਖਿਆਲ ਦੇ ਨਾਲ ਕਾਫੀ ਲੰਬਾ ਸਮਾਂ ਜਾਏਗਾ, ਹੋ ਸਕਦਾ ਫੇਰ ਜਾ ਕੇ ਕੋਈ ਇੱਕ ਦਾ ਸਮਾਂ ਮੰਗ ਲੈਣ, ਜੇ ਜਵਾਬ ਦਾਖਲ ਕੀਤੇ ਤਾਂ ਤੁਰੰਤ ਫੁਰੰਤ ਤੇ ਫੇਰ ਫੈਸਲਾ ਨਹੀਂ ਆ ਜਾਣਾ। ਤਾਂ ਹਾਲੇ ਥੋੜਾ ਇੰਤਜ਼ਾਰ ਨਹੀਂ, ਕਾਫੀ ਇੰਤਜ਼ਾਰ ਪਿਆ ਮੇਰੇ ਖਿਆਲ ਦੇ ਨਾਲ। ਜੀ ਜੀ,
ਅਗਲੀ ਜਿਹੜੀ ਮਿੰਟੋ ਜੀ ਗੱਲ ਕਰਦੇ ਹਾਂ, ਕਹਿੰਦੇ CAA ਦਾ ਵਿਰੋਧ ਕਰ ਰਹੀਆਂ ਔਰਤਾਂ ਦੇ ਉੱਤੇ ਹੁਣ ਲਾਠੀਚਾਰਜ ਕੀਤਾ ਗਿਆ। ਦੇਖੋ, ਉਹ ਕਿਸੇ ਨੇ ਨਾ ਫਾਜ਼ਲ ਨੇ ਲਾਈਨਾਂ ਲਿਖੀਆਂ ਬੜੀਆਂ ਖੂਬਸੂਰਤ ਆ ਕਿ ਜ਼ੁਲਮ ਕੇ ਸਾਰੇ ਹੁਨਰ ਹਮ ਪਰ ਯੂੰ ਅਜਮਾਏ ਗਏ, ਜ਼ੁਲਮ ਵੀ ਸਹਾ ਹਮਨੇ ਔਰ ਜ਼ਾਲਮ ਵੀ ਕਹਿਲਾਏ ਗਏ। ਤਾਂ ਇਹ ਹਾਲ ਆ ਕਿ ਦੇਖੋ ਸ਼ਾਹੀਨ ਬਾਗ ਦੇ ਵਿੱਚ ਜੋ ਔਰਤਾਂ ਬੈਠੀਆਂ ਨੇ, ਔਰ ਹੁਣ ਤੇ ਸ਼ਾਹੀਨ ਬਾਗ ਵੀ ਇੱਕ ਤਰ੍ਹਾਂ ਨਾਲ ਕਹੀਏ ਪ੍ਰਤੀਕ ਹੀ ਬਣ ਕੇ ਰਹਿ ਗਿਆ। ਵੈਸੇ ਕਈ ਥਾਵਾਂ ਨੇ, ਲਖਨਊ ਦੇ ਵਿੱਚ ਦੇਖੋ ਉੱਥੇ ਔਰਤਾਂ ਬੀਬੀਆਂ ਬੈਠੀਆਂ ਨੇ, ਤਾਂ ਉਹਨਾਂ ਤੇ ਜੋ ਕਾਰਵਾਈ ਹੋਈ ਆ, ਪਹਿਲਾਂ ਤੇ ਕੰਬਲ ਖੋਏ ਗਏ, ਪੁਲਿਸ ਨੇ ਕਿੰਨੀ ਨਿਰਦਾਇਤਾ ਦਿਖਾਈ, ਫਿਰ ਉਸ ਤੋਂ ਬਾਅਦ ਜੋ ਹੋਇਆ ਸਭ ਨੂੰ ਪਤਾ ਹੀ ਹੋਏਗਾ ਕਿ ਉੱਥੇ ਮੁਨੱਵਰ ਰਾਣਾ ਜਿਹੜੇ ਬਹੁਤ ਵੱਡੇ ਸ਼ਾਇਰ ਨੇ, ਬਹੁਤ ਵੱਡੇ ਆਲਮ ਨੇ, ਉਹਨਾਂ ਦੀਆਂ ਬੇਟੀਆਂ ਸਮੇਤ 150 ਬੀਬੀਆਂ ਤੇ ਕੇਸ ਦਰਜ ਕਰ ਦਿੱਤਾ ਗਿਆ। ਮਤਲਬ ਕਿ ਤੁਸੀਂ ਆਖਿਆ ਕਿ 144 ਤੋੜੀ ਆ ਤੇ ਤੁਸੀਂ ਸਾਡਾ ਆਖਾ ਨਹੀਂ ਮੰਨਿਆ, ਤੁਹਾਡੇ ਤੇ ਕੇਸ ਦਰਜ ਕਰਦੇ ਆ। ਜਦਕਿ ਉਸੇ ਲਖਨਊ ਦੀ ਮੈਂ ਗੱਲ ਸੁਣਾ ਕੇ ਤੁਹਾਨੂੰ ਹਟਿਆ ਕਿ ਜਿਹੜੇ ਅਮਿਤ ਸ਼ਾਹ ਜੀ ਆ, ਉਹ ਉੱਥੇ ਥਾਪੀਆਂ ਮਾਰ ਮਾਰ ਕੇ, ਲਲਕਾਰੇ ਮਾਰ ਮਾਰ ਕੇ, ਵੰਗਾਰ ਵੰਗਾਰ ਕੇ ਕਹਿੰਦੇ ਪਏ, ਮਤਲਬ ਕਿ ਉਹਨਾਂ ਦੇ ਕੋਈ 144 ਲਾਗੂ ਨਹੀਂ ਹੁੰਦੀ। ਜੇ ਉਹਨਾਂ ਦਾ ਅਧਿਕਾਰ ਹੈ ਰੈਲੀ ਕਰਨ ਦਾ ਤੇ ਪ੍ਰੋਟੈਸਟ ਕਰਨ ਦਾ ਵੀ ਅਧਿਕਾਰ ਦੇ ਦੇਣਾ ਚਾਹੀਦਾ, ਇੰਨੀ ਕੁ ਗੁੰਜਾਇਸ਼ ਰੱਖ ਲੈਣੀ ਚਾਹੀਦੀ ਆ। ਤਾਂ ਜੋ ਗੱਲ ਕਰਦੇ ਪਏ ਸੀਗੇ ਆਪਾਂ ਕਿ ਦੇਖੋ ਉਹਨਾਂ ਬੀਬੀਆਂ ਨੂੰ ਬਦਨਾਮ ਕਰਨ ਲਈ ਯਤਨ ਕੀਤੇ ਗਏ, ਟ੍ਰੋਲਸ ਨੇ ਪੱਦੀਆਂ ਪੱਦੀਆਂ ਟਿੱਪਣੀਆਂ ਕੀਤੀਆਂ ਗਈਆਂ, ਉਸ ਤੋਂ ਬਾਅਦ ਹੁਣ ਅਤਿਆਚਾਰ ਵਾਲਾ ਮਾਮਲਾ ਆ ਗਿਆ ਔਰ ਉਹਨਾਂ ਨੂੰ ਬਦਨਾਮ ਵੀ ਕੀਤਾ ਜਾ ਰਿਹਾ, ਅਤਿਆਚਾਰ ਦਾ ਸ਼ਿਕਾਰ ਵੀ ਬਣਾਇਆ ਜਾ ਰਿਹਾ। ਅੱਜ ਇਟਾਵਾ ਦੇ ਵਿੱਚ ਲਾਠੀਚਾਰਜ ਹੋਇਆ, ਕਾਫੀ ਔਰਤਾਂ ਨੂੰ ਉੱਥੇ ਭਜਾ ਭਜਾ ਕੇ ਕੁੱਟਿਆ ਗਿਆ। ਤਾਂ ਇਹ ਬਹੁਤ ਮੈਂ ਕਹੂੰ ਬੇਕਿਰਕੀ ਵੀ ਵਰਤੀ ਜਾ ਰਹੀ ਹੈ ਕਿ ਤੁਸੀਂ ਇੱਕ ਤੇ ਫੈਸਲੇ ਵਿਵਾਦਤ ਕੀਤੇ ਜਿਹੜੇ ਕਿ ਲੋਕਾਂ ਦੇ ਸੰਗੋਂ ਨਹੀਂ ਲੜ ਰਹੇ, ਸੰਗੋਂ ਨਹੀਂ ਲੱਥ ਰਹੇ। ਦੂਸਰਾ ਇਹ ਆ ਕਿ ਤੁਸੀਂ ਕੋਈ ਸੰਵਾਦ ਨਹੀਂ ਕਰ ਰਹੇ ਲੋਕਾਂ ਨਾਲ, ਤੁਸੀਂ ਉਹਨਾਂ ਦੀ ਨਾਰਾਜ਼ਗੀ ਦੂਰ ਕਰਨ ਦੇ ਯਤਨ ਨਹੀਂ ਕਰ ਰਹੇ, ਉਲਟਾ ਤੁਸੀਂ ਲੋਕਾਂ ਨੂੰ ਡਰਾ ਰਹੇ ਹੋ ਔਰ ਡਰਾਉਣ ਤੋਂ ਵੀ ਅੱਗੇ ਜਾ ਕੇ ਤੁਸੀਂ ਹੁਣ ਲੋਕਾਂ ਨੂੰ ਕੁੱਟਣ ਪੈ ਗਏ ਹੋ, ਲੋਕਾਂ ਨੂੰ ਮਾਰਨ ਪੈ ਗਏ ਹੋ। ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਕਿਸੇ ਵੀ ਤਰੀਕੇ ਨਾਲ ਛੱਡਦੇ ਨਹੀਂ ਪਏ, ਬਦਨਾਮੀ ਕਰਨ ਤੋਂ ਲੈ ਕੇ ਕੁੱਟਮਾਰ ਕਰਨ ਤੱਕ ਪਹੁੰਚੇ ਪਏ ਆ। ਔਰ ਕਰਨਾਟਕ ਦੇ ਵਿੱਚ ਤੇ ਹੋਰ ਵੀ ਇੱਕ ਦਿਲਚਸਪ ਮਾਮਲਾ ਸਾਹਮਣੇ ਆਇਆ, ਉੱਥੇ 2600 ਵਿਅਕਤੀਆਂ ਨੂੰ ਨੋਟਿਸ ਘੱਲਿਆ ਗਿਆ, 2600 ਵਿਅਕਤੀਆਂ ਨੂੰ, ਕਹਿੰਦੇ ਤੁਸੀਂ ਉਸ ਦਿਨ ਪ੍ਰੋਟੈਸਟਾਂ ਦੇ ਵਿੱਚ ਸ਼ਾਮਿਲ ਸੀਗੇ, 2600 ਬੰਦਿਆਂ ਨੂੰ ਨੋਟਿਸ ਘੱਲਿਆ ਗਿਆ, ਕਹਿੰਦੇ ਕਿ ਤੁਸੀਂ ਪ੍ਰੋਟੈਸਟਾਂ ਦੇ ਵਿੱਚ ਸ਼ਾਮਿਲ ਸੀ। ਹੁਣ ਉਹਨਾਂ ਦਾ ਪਤਾ ਕਿਵੇਂ ਲਾਇਆ, ਆਂਦੇ ਕਿ ਤੁਹਾਡੇ ਮੋਬਾਈਲਾਂ ਦੀਆਂ ਉਦਣ ਲੋਕੇਸ਼ਨਾਂ ਉੱਥੋਂ ਦੀਆਂ ਸੀ, ਸਾਨੂੰ ਨੀ ਪਤਾ, ਹੁਣ ਪ੍ਰੂਵ ਕਰੋ ਕਿ ਤੁਸੀਂ ਪ੍ਰੋਟੈਸਟਰ ਨਹੀਂ ਸੀਗੇ। ਤਾਂ ਉੱਥੇ ਹੁਣ ਇਹ ਵੀ ਸਵਾਲ ਉੱਠ ਪਿਆ ਕਿ ਕੁਛ ਔਰਤਾਂ ਇਹ ਕਲੇਮ ਕਰਦੀਆਂ ਪਈਆਂ ਨੇ, ਦਾਅਵਾ ਕਰਦੀਆਂ ਪਈਆਂ ਨੇ ਕਿ ਸਿਮ ਸਾਡੇ ਨਾਮ ਆ, ਸਾਡੇ ਨਾਮ ਸਿਮ ਆ, ਪਰ ਉਹ ਜਿਹੜੇ ਸਿਮ ਆ ਪਤੀ ਦੇ ਮੋਬਾਈਲ ਦੇ ਵਿੱਚ ਚੱਲ ਰਿਹਾ। ਤਾਂ ਅਸੀਂ ਤੇ ਘਰੇ ਬੈਠੀ ਆ, ਸਾਨੂੰ ਕੀ ਪਤਾ, ਪਰ ਉਹਨਾਂ ਨੂੰ ਨੋਟਿਸ ਹੋ ਗਿਆ ਜਿਹਨਾਂ ਨੇ ਸ਼ਾਇਦ ਉਸ ਦਿਨ ਘਰੋਂ ਪੈਰ ਵੀ ਨਾ ਪੁੱਟਿਆ ਹੋਊਗਾ। ਤਾਂ ਜੋ ਵੀ ਚੱਲ ਰਿਹਾ ਇਹ ਬਹੁਤ ਹੀ ਮੈਂ ਕਹੂੰਗਾ ਕਿ ਇੱਕ ਦਿਲ ਕੰਬਾਊ ਜਿਹਾ ਮਾਹੌਲ ਕਿ ਔਰਤਾਂ ਜਿਹੜੀਆਂ ਸ਼ਾਂਤਮਈ ਤਰੀਕੇ ਦੇ ਨਾਲ ਵਿਰੋਧ ਕਰ ਰਹੀਆਂ, ਔਰ ਉਹਨਾਂ ਔਰਤਾਂ ਨੂੰ ਜਿਹਨਾਂ ਲਈ ਇਹ ਕਹਿੰਦੇ ਸੀ ਥੋੜੇ ਦਿਨ ਪਹਿਲਾਂ ਤੱਕ, ਕਿ ਉਹ ਡਾਇਲੋਗ ਤੁਸੀਂ ਸੁਣੇ ਹੋਣੇ ਨਾ ਕਿ ਅਸੀਂ ਮੁਸਲਿਮ ਔਰਤਾਂ ਨੂੰ ਇਨਸਾਫ ਦੇਵਾਂਗੇ 3 ਤਲਾਕ ਦੇ ਮੁੱਦੇ ਤੇ, ਕਹਿੰਦੇ ਤੇ ਅੱਜ ਉਹਨਾਂ ਔਰਤਾਂ ਨੂੰ ਜ਼ਲੀਲ ਕਰ ਰਹੇ ਆ, ਕੁੱਟਮਾਰ ਕਰ ਰਹੇ ਆ। ਜੀ ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਨਵਜੋਤ ਸਿੱਧੂ ਦੀ ਵਾਪਸੀ ਹੁਣ ਸੋਨੀਆ ਗਾਂਧੀ ਨੇ ਜਿਹੜੀ ਆ ਸੌਂਪੀ ਜ਼ਿੰਮੇਵਾਰੀ। ਥੋਕੋ ਥੋਕੋ ਤਾਲੀ ਉੱਥੇ ਕਹਿੰਦਾ ਹੋਏਗਾ ਹੁਣ ਤੇ ਥੋਕੋ ਥੋਕੋ ਤਾਲੀ। ਸੋ ਦੇਖੋ ਇਹ ਜਿਹੜਾ ਮਾਮਲਾ ਹੈ ਉਹ ਦਿਲਚਸਪ ਆ, ਦਿਲਚਸਪ ਇਸ ਕਰਕੇ ਆ ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਵੀ ਇਹਨਾਂ ਨੇ ਇਸ ਤਰ੍ਹਾਂ ਦੀ ਕੰਪੇਨ ਲਿਸਟ ਦੇ ਵਿੱਚ ਪਾਇਆ ਸੀ, ਤੁਹਾਨੂੰ ਚੇਤੇ ਹੋਣਾ। ਤਾਂ ਉਦੋਂ ਨਵਜੋਤ ਸਿੰਘ ਸਿੱਧੂ ਪ੍ਰਚਾਰ ਵਾਸਤੇ ਨਹੀਂ ਸੀ ਆਇਆ, ਸ਼ਾਇਦ ਉਦੋਂ ਬਾਈ ਇਲੈਕਸ਼ਨ ਹੋ ਰਹੇ ਸੀ ਪੰਜਾਬ ਦੇ ਵਿੱਚ, ਤਾਂ ਉਦੋਂ ਨਵਜੋਤ ਸਿੰਘ ਸਿੱਧੂ ਨਹੀਂ ਸੀ ਆਇਆ। ਹਾਂ ਲੋਕ ਸਭਾ ਦਾ ਕੰਪੇਨ ਕੀਤਾ ਸੀਗਾ, ਉਹਦੇ ਵਿੱਚ ਜਿਹੜੀਆਂ 2 ਸੀਟਾਂ ਤੇ ਹੌਟ ਸੀਟਾਂ ਤੇ ਜਾ ਕੇ ਕੰਪੇਨ ਕੀਤਾ ਸੀ, ਉਹ ਦੋਵੇਂ ਹਾਰ ਗਿਆ ਸੀਗਾ ਨਵਜੋਤ ਸਿੰਘ ਸਿੱਧੂ, ਯਾਨੀ ਉਦੋਂ ਕਾਫੀ ਉਹਦੇ ਤੇ ਨਿਸ਼ਾਨੇ ਕੱਸੇ ਗਏ ਸੀਗੇ। ਤਾਂ ਬਹਿਰਹਾਲ ਹੁਣ ਦਿੱਲੀ ਦੇ ਵਿੱਚ ਜ਼ਿੰਮੇਵਾਰੀ ਲਾਈ ਗਈ ਆ, ਜਿੱਦਾਂ ਲਾ ਲਓ ਕਿ ਪ੍ਰਿਯੰਕਾ ਗਾਂਧੀ ਹੈ, ਫਿਰ ਮਨਮੋਹਨ ਸਿੰਘ ਜੀ ਆ, ਫਿਰ ਸੋਨੀਆ ਗਾਂਧੀ, ਰਾਹੁਲ ਗਾਂਧੀ, ਸ਼ਤਰੂਘਨ ਸਿਨਹਾ, ਰਾਜ ਬੱਬਰ, ਸ਼ਸ਼ੀ ਥਰੂਰ, ਇਹ ਸਾਰੀ ਇਸ ਦੇ ਵਿੱਚ ਨਾ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਦਾ ਵੀ ਆ, ਔਰ ਉਸ ਸੂਚੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾਮ ਵੀ ਸ਼ਾਮਿਲ ਆ। ਤਾਂ ਹੁਣ ਫਿਰ ਉਹੀ ਸਸਪੈਂਸ ਆ, ਹਾਲਾਂਕਿ ਆ ਪਿਛਲੇ ਦਿਨੀ ਨਵਜੋਤ ਸਿੰਘ ਸਿੱਧੂ ਕਿਸੇ ਕਬੱਡੀ ਟੂਰਨਾਮੈਂਟ ਤੇ ਗਏ ਹਨ ਤੇ ਉੱਥੇ ਪੁੱਛਿਆ ਪੱਤਰਕਾਰਾਂ ਨੇ ਕਿ ਸ਼ਹਿਰੀ ਭਾ ਤੁਸੀਂ ਹੁਣ ਗਾਇਬ ਜੇ ਕਿਉਂ ਰਹਿੰਦੇ ਹੋ,
ਖਾਮੋਸ਼ ਜੇ ਕਿਉਂ ਰਹਿੰਦੇ ਹੋ? ਸਿੱਧੂ ਤੇ ਖਾਮੋਸ਼ੀ ਦਾ ਕੋਈ ਮੇਲ ਥੋੜੀ ਹੈ। ਤੇ ਉਹਨਾਂ ਨੇ ਆਖਿਆ ਕਿ ਹਲੇ ਇੰਤਜ਼ਾਰ ਕਰੋ, ਹਲੇ ਤੇਲ ਵੇਖੋ, ਤੇਲ ਦੀ ਧਾਰ ਵੇਖੋ। ਸੋ ਇੰਤਜ਼ਾਰ ਕਰਨ ਦਾ ਕਹਿ ਕੇ ਮਤਲਬ ਕਿ ਤੁਸੀਂ ਕੌਡੀ ਵਾਢੀ ਵੇਖੋ, ਜਿਹੜੀ ਸਿਆਸੀ ਕੌਡੀ ਆ ਉਹ ਵੇਲਾ ਜਦੋਂ ਆਊਗਾ ਫਿਰ ਉਦੋਂ ਪਾਵਾਂਗੇ। ਮਤਲਬ ਕਿ ਉੱਥੇ ਵੀ ਇੱਕ ਸਸਪੈਂਸ ਜਿਹਾ ਛੱਡ ਗਏ ਨਵਜੋਤ ਸਿੰਘ ਸਿੱਧੂ। ਤਾਂ ਹੁਣ ਇਹ ਵੀ ਇੱਕ ਸਸਪੈਂਸ ਹੈ ਕਿਉਂਕਿ ਅਧਿਕਾਰਤ ਤੌਰ ਤੇ ਬਹੁਤ ਅੱਜ ਕੱਲ੍ਹ ਬੋਲਦੇ ਨਹੀਂ ਹੈ, ਖਾਮੋਸ਼ ਰਹਿੰਦੇ ਆ, ਚੁੱਪ ਰਹਿੰਦੇ ਆ। ਸੋਸ਼ਲ ਮੀਡੀਆ ਤੇ ਵੀ ਉਹ ਆਪਣੀ ਰਾਏ ਨਹੀਂ ਰੱਖਦੇ, ਕੋਈ ਪ੍ਰਤੀਕਰਮ ਛੇਤੀ ਨਹੀਂ ਦਿੰਦੇ। ਤਾਂ ਆਪਾਂ ਨੂੰ ਇਹ ਇੰਤਜ਼ਾਰ ਕਰਕੇ ਹੀ ਪਤਾ ਲੱਗੂਗਾ ਕਿ ਕੀ ਨਵਜੋਤ ਸਿੰਘ ਸਿੱਧੂ ਦਿੱਲੀ ਜਾਂਦਾ। ਨਵਜੋਤ ਸਿੰਘ ਸਿੱਧੂ ਜੇਕਰ ਦਿੱਲੀ ਜਾਂਦਾ ਤਾਂ ਉੱਥੇ ਨਵਜੋਤ ਸਿੰਘ ਸਿੱਧੂ ਕਿਸ ਤਰ੍ਹਾਂ ਦਾ ਇੱਕ ਪ੍ਰਚਾਰ ਦਾ ਤਰੀਕਾ ਅਪਣਾਉਂਦਾ? ਕਿਉਂਕਿ ਨਵਜੋਤ ਸਿੰਘ ਸਿੱਧੂ ਬਾਰੇ ਹਲਚਲ ਤੇ ਹੈ, ਇਹ ਸੋਰਸਸ ਵੀ ਦੱਸਦੇ ਆ, ਇਹ ਚਰਚਾ ਵੀ ਚੱਲ ਰਹੀ ਆ ਕਿ ਅੱਲਾ ਕਮਾਨ ਕੁਛ ਬਦਲਾ ਕਰਨ ਦੇ ਰੌਂ ਦੇ ਵਿੱਚ ਹੈ। ਇਹ ਚਰਚਾ ਚੱਲਦੀ ਆ ਕਿ ਨਵਜੋਤ ਸਿੰਘ ਸਿੱਧੂ ਦੀ ਪ੍ਰਮੋਸ਼ਨ ਜਿਹੜੀ ਆ ਸੋਚ ਸਮਝ ਕੇ ਕੀਤੀ ਜਾ ਰਹੀ ਆ। ਔਰ ਕੈਪਟਨ ਅਮਰਿੰਦਰ ਸਿੰਘ ਜਿਸ ਤਰ੍ਹਾਂ ਸ਼ਿਕਾਇਤ ਲੈ ਕੇ ਗਏ ਸਨ ਦਿੱਲੀ ਦੇ ਵਿੱਚ, ਤਾਂ ਉੱਥੇ ਹੋਇਆ ਕਿ ਕਮੇਟੀਆਂ ਵੀ ਭੰਗ ਹੋ ਗਈਆਂ, ਬਿਜਲੀ ਦੇ ਮੁੱਦੇ ਤੇ ਵੀ ਬੀਬੀ ਸੋਨੀਆ ਗਾਂਧੀ ਨੇ ਕੈਪਟਨ ਨੂੰ ਪੁੱਛਿਆ, ਬਹੁਤ ਕੁਛ ਮਤਲਬ ਕਿ ਅਣਕਿਆਸਿਆ ਜਿਹਾ ਹੋਇਆ। ਤਾਂ ਉਹਦੇ ਵਿੱਚ ਇਹ ਵੀ ਇੱਕ ਚਰਚਾ ਚੱਲਦੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਆਲਾ ਕਮਾਨ ਨੇ ਸੋਚ ਵਿਚਾਰ ਕੇ ਇਹ ਇੱਕ ਭੂਮਿਕਾ ਦਿੱਤੀ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਭੂਮਿਕਾ ਦਾ ਦਾਇਰਾ ਜਿਹੜਾ ਹੋਰ ਵੀ ਵਧਾਇਆ ਜਾ ਸਕਦਾ। ਤਾਂ ਦੇਖੋ ਹੁਣ ਜੇ ਤੇ ਇਹ ਉੱਥੇ ਜਾਂਦੇ ਆ ਤੇ ਫਿਰ ਤੇ ਕੋਈ ਮੇਰੇ ਖਿਆਲ ਦੇ ਨਾਲ ਨਵੀਂ ਜਿਹੜੀ ਹੈ ਉਹ ਇਸ ਮਾਮਲੇ ਦੇ ਵਿੱਚ ਡਿਵੈਲਪਮੈਂਟ ਨਹੀਂ ਹੋਏਗੀ। ਪਰ ਜੇ ਮੰਨ ਲਓ ਨਵਜੋਤ ਸਿੰਘ ਸਿੱਧੂ ਉੱਥੇ ਨਹੀਂ ਜਾਂਦਾ ਤਾਂ ਇਸ ਮਾਮਲੇ ਦੇ ਵਿੱਚ ਇੱਕ ਜਿਹੜੀ ਚਰਚਾ ਥੋੜੀ ਥੋੜੀ ਰਹਿੰਦੀ ਆ, ਇੱਕ ਸੰਭਾਵਨਾ ਥੋੜੀ ਥੋੜੀ ਰੱਖ ਰਹੀ ਜਾਂਦੀ ਆ, ਉਹ ਇਹ ਆ ਕਿ ਫਿਰ ਨਵਜੋਤ ਸਿੰਘ ਸਿੱਧੂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਚੱਲਦਾ ਕਿ ਆਪਾਂ ਪੁਰਾਣੇ ਟਿਕਾਣੇ ਨੂੰ ਪਰਤੀਏ। ਕਿਉਂਕਿ ਅੱਜ ਕੱਲ ਉਹ ਭਾਰਤੀ ਜਨਤਾ ਪਾਰਟੀ ਦੇ ਖਿਲਾਫ਼ ਖੁੱਲ ਕੇ ਨਹੀਂ ਬੋਲਦੇ, ਤੇ ਜੇ ਦਿੱਲੀ ਜਾਂਦੇ ਆ ਉੱਥੇ ਕਿੰਨਾ ਕੁ ਬੋਲਦੇ ਆ ਇਹ ਵੀ ਵੇਖਣਾ ਪਊਗਾ। ਬਾਕੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਸ਼ਾਮਿਲ ਹੈ, ਤੁਹਾਨੂੰ ਪਤਾ ਹੀ ਆ, ਸਿੱਧੂ ਦੀ ਆਪਣੀ ਸ਼ਾਇਰੀ ਦੇ ਵਿੱਚ ਉਹ ਕਹਿੰਦਾ ਨੀ, ਸਿਕੰਦਰ ਹਾਲਾਤ ਕੇ ਆਗੇ ਨਹੀਂ ਝੁਕਤਾ ਤਾਰਾ, ਟੁੱਟ ਵੀ ਜਾਏ ਜ਼ਮੀਨ ਪਰ ਆਕਰ ਨਹੀਂ ਗਿਰਤਾ, ਗਿਰਤੇ ਹੈ ਹਜ਼ਾਰੋਂ ਦਰਿਆ ਸਮੁੰਦਰ ਮੇ ਪਰ ਕੋਈ ਸਮੁੰਦਰ ਕਿਸੇ ਦਰਿਆ ਮੇ ਨਹੀਂ ਮਿਲਤਾ। ਤਾਂ ਕੀ ਇੰਨੇ ਵੱਡੇ ਜਿਹੜੇ ਇਹ ਹੈਗੇ ਆ ਦਰਿਆ ਜਾਂ ਕਹਿ ਲਓ ਜੋ ਵੀ ਆ, ਕਿ ਇਹ ਸਮੁੰਦਰ ਵਿੱਚ ਜਾਏਗਾ ਸਮਾਏਗਾ? ਤਾਂ ਦੇਖਦੇ ਆ, ਇੰਤਜ਼ਾਰ ਰਹੇਗਾ। ਪਰ ਦਿਲਚਸਪ ਹੋ ਗਈ ਆ ਕਾਂਗਰਸ ਦੀ ਇਸ ਸਮੇਂ ਦੀ ਰਾਜਨੀਤੀ। ਜੀ ਜੀ, ਅਗਲੀ ਗੱਲ ਕਰਦੇ ਸੁਖਬੀਰ ਬਾਦਲ ਨੇ, ਕਹਿੰਦੇ ਦਿੱਲੀ ਯੂਨਿਟ ਨੂੰ ਦਿੱਤੀ ਖੁਦ ਮੁਖਤਿਆਰੀ, ਕਿਸੇ ਵੀ ਪਾਰਟੀ ਨੂੰ ਦੇ ਸਕਦੇ ਆ ਸਮਰਥਨ। ਸਿਰਸੇ ਦਾ ਇਹ ਆਇਆ ਬਿਆਨ, ਰਾਹ ਲੱਭ ਲਿਆ ਲੱਗਦਾ। ਸਮਰਥਨ ਉੱਥੇ ਕਿਹਨੂੰ ਦੇਣਗੇ? ਭਾਰਤੀ ਜਨਤਾ ਪਾਰਟੀ ਨੂੰ ਸਮਰਥਨ ਦੇਣਾ ਹੀ ਹੁੰਦਾ ਤੇ ਫਿਰ ਤੋੜ ਵਿਛੇੜਾ ਕਿਉਂ ਕਰਦੇ? ਤੇ ਜੇ ਕਾਂਗਰਸ ਨੂੰ ਦਿੰਦੇ ਸਮਰਥਨ ਤੇ ਸਿਰ ਤੇ ਮਤਲਬ ਕਿ ਬਿਲਕੁਲ ਹੀ ਫੱਟੀ ਪੋਚੀ ਜਾਊ ਤੇ ਫਿਰ ਰਹਿ ਗਏ ਕੌਣ? ਇੱਕ ਤੇ ਮੇਰੇ ਖਿਆਲ ਦੇ ਨਾਲ ਲੀਟੂ ਰਹਿ ਗਿਆ ਸ਼ਟਰਾਂ ਵਾਲਾ, ਤੇ ਇੱਕ ਆਮ ਆਦਮੀ ਪਾਰਟੀ ਵਾਲੇ। ਹੁਣ ਇਹਨਾਂ ਚੋਂ ਫਿਰ ਆਮ ਆਦਮੀ ਪਾਰਟੀ ਠੀਕ ਰਹੂਗਾ? ਸੋ ਇਹ ਮਾਮਲਾ ਜਿਹੜਾ ਦਿਲਚਸਪ ਹੈ, ਇਸ ਪੱਖ ਤੋਂ ਜੇ ਆਪਾਂ ਵੇਖੀਏ, ਇਸ ਜਾਵੀਏ ਤੋਂ ਵੇਖੀਏ, ਤਾਂ ਜਿੱਦਾਂ ਕਾਂਗਰਸ ਦੀ ਰਾਜਨੀਤੀ ਵੀ ਅੱਜ ਕੱਲ੍ਹ ਦਿਲਚਸਪ ਮੋੜ ਕੱਟਦੀ ਪਈ ਆ, ਅਕਾਲੀ ਰਾਜਨੀਤੀ ਤੇ ਬਹੁਤ ਹੀ ਜ਼ਿਆਦਾ ਮੋੜ ਕੱਟਦੀ ਪਈ ਆ। ਤਾਂ ਹੁਣ ਇੱਕ ਮੈਂ ਹੋਰ ਵੀ ਤੁਹਾਨੂੰ ਦਿਲਚਸਪ ਗੱਲ ਦੱਸਦਾ, ਅੱਜ ਮੈਂ ਕੁਛ ਹਿੰਦੀ ਅਖਬਾਰ ਪੜ੍ਹ ਰਿਹਾ ਸੀਗਾ ਸਵੇਰੇ, ਤਾਂ ਉਹਦੇ ਵਿੱਚ ਇੱਕ ਥਾਂ ਤੇ ਮਤਲਬ ਕਿ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਦਾ ਬਿਆਨ ਲੱਗਾ ਸੀ ਇੱਕ ਕੌਮੀ ਅਖਬਾਰ ਦੇ ਵਿੱਚ ਕਿ ਦੇਖੋ ਜੀ ਅਸੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਰਲ ਕੇ ਉੱਥੇ ਨਹੀਂ ਚੱਲਾਂਗੇ, ਮਤਲਬ ਕਿ ਅਸੀਂ ਨਾਲ ਹੀ ਕੰਪੇਨ ਵੀ ਨਹੀਂ ਕਰਾਂਗੇ। ਤਾਂ ਦੂਜੇ ਅਖਬਾਰ ਦੇ ਵਿੱਚ ਜਿਹੜਾ ਕੌਮੀ ਅਖਬਾਰ ਹੈ ਹਿੰਦੀ ਦਾ, ਉਹਦੇ ਵਿੱਚ ਸਿਰਸਾ ਸਾਹਿਬ ਦਾ ਬਿਆਨ ਲੱਗਾ ਸੀ, ਉਹ ਆਂਦੇ ਨਹੀਂ ਹਾਲੇ ਵਿਚਾਰਾਂ ਚੱਲ ਰਹੀਆਂ ਨੇ, ਸਿੰਘ ਸਭਾਵਾਂ ਜਿਹੜੀਆਂ ਫੈਸਲਾ ਲੈਣਗੀਆਂ, ਹੋ ਸਕਦਾ ਕੁਛ ਵੀ ਹੋ ਸਕਦਾ। ਤਾਂ ਹੁਣ ਕੋਰ ਕਮੇਟੀ ਨੇ ਇਹਨਾਂ ਦੀ ਨੇ ਫੈਸਲਾ ਜੋ ਕੀਤਾ ਹੈ ਤੇ ਚਲੋ ਖਬਰਾਂ ਨੇ ਸਵੇਰੇ ਪਤਾ ਲੱਗੂ, ਜਿਹੜਾ ਪ੍ਰੈਸ ਨੋਟ ਹੈ ਅਕਾਲੀ ਦਲ ਦਾ ਜਿਹੜਾ ਅਧਿਕਾਰਤ ਹੁੰਦਾ ਸਪੈਸ਼ਲੀ ਉਹਦੇ ਚ ਕੀ ਲਿਖਿਆ ਜਾਂਦਾ, ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਉਹਦੇ ਤੇ ਕੀ ਲਿਖਿਆ ਜਾਂਦਾ। ਔਰ ਇਹਨਾਂ ਨੇ 24 ਜਨਵਰੀ ਨੂੰ ਕਹਿੰਦੇ ਆ ਕਿ ਦਿੱਲੀ ਯੂਨਿਟ ਦੇ ਨਾਲ ਬੈਠਕ ਕਰਨ ਲਈ ਇੱਕ ਮਨ ਬਣਾਇਆ ਕਿ 24 ਜਨਵਰੀ ਨੂੰ ਅਸੀਂ ਇੱਕ ਬੈਠਕ ਕਰਾਂਗੇ, ਉਸ ਤੋਂ ਬਾਅਦ ਫਿਰ ਅਗਲੀ ਰਣਨੀਤੀ ਉਹਦੀ ਕੀ ਜਾਊਗੀ। ਤਾਂ ਖੁੱਲੇ ਰੂਪ ਦੇ ਵਿੱਚ ਜੋ ਨਜ਼ਰ ਆਉਂਦਾ, ਦੇਖੋ ਖੁੱਲੀ ਅੱਖ ਨਾਲ ਜਿਹੜਾ ਕੁਛ ਨਜ਼ਰ ਆਉਂਦਾ ਸਿਆਸਤ ਦੇ ਵਿੱਚ, ਉਹ ਤੇ ਇਹੋ ਹੀ ਆ ਕਿ ਇਹਨਾਂ ਨੇ ਬੇਸ਼ੱਕ ਧੱਕਾ ਬਹੁਤ ਵੱਡਾ ਸਿਹਾ, ਬਹੁਤ ਵੱਡਾ ਝਟਕਾ ਸਿਹਾ ਅਕਾਲੀ ਦਲ ਨੇ, ਪਰ ਫਿਰ ਵੀ ਇਹਨਾਂ ਦਾ ਮਨ ਨਹੀਂ ਬਣ ਰਿਹਾ ਕਿ ਖੁੱਲੇ ਰੂਪ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਲਟ ਚੱਲੀਏ। ਹੁਣ ਕੀ ਮਜਬੂਰੀਆਂ ਨੇ, ਕੀ ਇਹ ਸੋਚ ਵਿਚਾਰ ਕੇ ਚੱਲਦੇ ਪਏ, ਉਹ ਤੇ ਅਕਾਲੀ ਬਿਹਤਰ ਦੱਸ ਸਕਦੇ ਆ, ਪਰ ਕਿਤੇ ਨਾ ਕਿਤੇ ਖੁੱਲ ਕੇ ਨਹੀਂ ਤੁਰ ਰਹੇ। ਹਾਂ, ਇਹ ਮੈਨੂੰ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਦੇ ਉਲਟ ਭੁਗਤਣਗੇ, ਬੇਸ਼ੱਕ
ਸਾਹਮਣੇ ਤੋਂ ਨਹੀਂ ਵਿਗਾੜਨਗੇ, ਕਿਉਂਕਿ ਜੇ ਸਾਹਮਣੇ ਤੋਂ ਵਿਗਾੜਦੇ ਆ ਤੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਕੋਲ ਇੱਕ ਬਹਾਨਾ ਹੋਏਗਾ ਕਿ ਦੇਖੋ ਜੀ ਦਿੱਲੀ ਦੇ ਵਿੱਚ ਤੁਸੀਂ ਸਾਡੀ ਮਾੜੀ ਕੀਤੀ, ਹੁਣ ਤੁਹਾਡੇ ਨਾਲ ਤੁਰ ਕੇ ਅਸੀਂ ਇੱਥੇ ਮਾੜੀ ਥੋੜੀ ਕਰਵਾਉਣੀ ਆ, ਤੇ ਆ ਜਾਓ ਹੁਣ ਤੁਸੀਂ। ਸੋ ਇਸ ਕਰਕੇ ਇਸ ਮੌਕੇ ਤੋਂ ਵੀ ਬਚਣਗੇ ਔਰ ਇਹਨਾਂ ਨੂੰ ਸੇਕ ਵੀ ਜ਼ਰੂਰ ਲਵਾਉਣਗੇ। ਤਾਂ ਇਹ ਇੱਕ ਜਿਹੜਾ ਮੈਂ ਤੁਹਾਨੂੰ ਆਪਸ਼ਨ ਦੱਸਿਆ ਆਮ ਆਦਮੀ ਪਾਰਟੀ ਵਾਲਾ ਕਿ ਉਸ ਆਪਸ਼ਨ ਨੂੰ ਇਸ ਲੜਾਈ ਦੇ ਵਿੱਚ, ਇਸ ਖਿੱਚਾਤੂ ਦੇ ਵਿੱਚ ਕੋਈ ਫਾਇਦਾ ਹੋਣ ਜਾ ਰਿਹਾ, ਇਹ ਦੇਖਣ ਵਾਲੀ ਗੱਲ ਹੋਏਗੀ। ਜੀ ਜੀ, ਅਗਲੀ ਜਿਹੜੀ ਗੱਲ ਕਰਦੇ ਹਾਂ ਮਿੰਟੂ ਜੀ, ਕਹਿੰਦੇ ਬੁੱਤਾਂ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਬ ਕਮੇਟੀ ਗਠਿਤ। ਦੇਖੋ ਇਸ ਮਾਮਲੇ ਦੇ ਵਿੱਚ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਇਹ ਜਿਹੜੇ ਬੁੱਤ ਆ ਗਲਤ ਆ। ਆਪਾਂ ਉਸ ਦਿਨ ਵੀ ਸ਼ਾਇਦ ਇਹ ਸਵਾਲ ਚੁੱਕਿਆ ਸੀਗਾ ਕਿ ਜਿਸ ਦਿਨ ਇਹ ਆਏ ਆ ਦਰਬਾਰ ਸਾਹਿਬ, ਦਰਬਾਰ ਸਾਹਿਬ ਤੇ ਪਹਿਲਾਂ ਵੀ ਆਉਂਦੇ ਹੋਣਗੇ, ਪਰ ਜਿਸ ਦਿਨ ਜਥੇਦਾਰ ਸਾਹਿਬ ਆਏ ਸੀਗੇ ਇੱਕ ਬਹੁਤ ਵੱਡੀ ਸੰਸਥਾ ਦੀ, ਬਹੁਤ ਮਹਾਨ ਸੰਸਥਾ ਦੀ ਜ਼ਿੰਮੇਵਾਰੀ ਸੰਭਾਲਣ, ਕੀ ਉਸ ਦਿਨ ਇਹਨਾਂ ਨੂੰ ਨਹੀਂ ਪਤਾ ਲੱਗਿਆ ਰਸਤੇ ਦੇ ਵਿੱਚ ਜਿਹੜੇ ਬੁੱਤ ਲੱਗੇ ਠੀਕ ਹੈ ਜਾਂ ਗਲਤ ਆ? ਤੇ ਜੇ ਪਤਾ ਲੱਗ ਗਿਆ ਸੀਗਾ, ਪਹਿਲਾਂ ਪਤਾ ਲੱਗ ਗਿਆ ਸੀਗਾ, ਤੇ ਇਹ ਪਹਿਲਾਂ ਹੀ ਇਸ ਚੀਜ਼ ਦਾ ਨਵੇੜਾ ਕਰ ਦਿੰਦੇ, ਨਾ ਉਹ ਮੁੰਡੇ ਜਾ ਕੇ ਉੱਥੇ ਭੰਨ ਤੋੜ ਕਰਦੇ, ਨਾ ਉਹਨਾਂ ਤੇ ਏਡਾ ਵੱਡਾ ਕੇਸ ਬਣਦਾ। ਹੁਣ ਪੰਗਾ ਇਹ ਪੈ ਗਿਆ ਕਿ ਕੁਛ ਜਥੇਬੰਦੀਆਂ ਉੱਥੇ ਆ ਕੇ ਬੈਠੀਆਂ ਨੇ, ਉਹ ਧਰਨੇ ਤੇ ਬੈਠੀਆਂ ਨੇ ਸ਼ਾਂਤਮਈ ਢੰਗ ਦੇ ਨਾਲ, ਉੱਥੇ ਧਰਨਾ ਵੀ ਕਰ ਰਹੀਆਂ ਨੇ, ਉਹ ਪਤਾ ਨੀ ਅੱਜ ਉੱਠੀਆਂ ਜਾਂ ਨਹੀਂ, ਤਾਂ ਕੁਛ ਜਥੇਬੰਦੀਆਂ ਉੱਥੇ ਪਹੁੰਚੀਆਂ ਹੋਈਆਂ। ਮੰਗ ਉੱਠ ਰਹੀ ਆ, ਬਹੁਤ ਸਾਰੇ ਲੋਕ ਇਹ ਕਹਿੰਦੇ ਪਏ ਆ ਕਿ ਉਹਨਾਂ ਮੁੰਡਿਆਂ ਤੇ ਏਡਾ ਵੱਡਾ ਪਰਚਾ ਦਰਜ ਕਰਨ ਦੀ ਕੀ ਜ਼ਰੂਰਤ ਆ? ਠੀਕ ਆ, ਭੰਨਤੋੜ ਜੋ ਕੀਤੀ ਆ ਤੁਸੀਂ ਉਸ ਮੁਤਾਬਕ ਕੋਈ ਕਾਰਵਾਈ ਕਰਦੇ। ਫਿਰ ਦੂਜੀ ਗੱਲ ਇਹ ਆ ਕਿ ਜਥੇਦਾਰ ਸਾਹਿਬ ਜੋ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਉਹ ਕਹਿ ਰਹੇ ਆ, ਜੋ ਬਿਆਨਬਾਜ਼ੀ ਕਰ ਰਹੇ ਆ ਕਿ ਦੇਖੋ ਜੀ ਇਹ ਬੁੱਤ ਜਿਹੜੇ ਆ ਗਲਤ ਆ, ਤਾਂ ਫਿਰ ਜਿਹੜੀ ਉੱਥੇ ਕਮੇਟੀ ਆ ਉਹ ਕਿਉਂ ਚੁੱਪ ਬੈਠੀ ਆ? ਕਿਉਂਕਿ ਆਪਾਂ ਕਹਿੰਦੇ ਹਾਂ ਕਿ ਅਕਾਲ ਤਖ਼ਤ ਦੇ ਜਥੇਦਾਰ ਆ ਜਿਹੜੇ, ਉਹ ਜੀ ਜੋ ਵੀ ਕਹਿੰਦੇ ਆ ਉਹ ਮੰਨਣਾ ਚਾਹੀਦਾ, ਹਰੇਕ ਸਿੱਖ ਨੂੰ ਮੰਨਣਾ ਚਾਹੀਦਾ, ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨਣਾ ਚਾਹੀਦਾ, ਤਾਂ ਫਿਰ ਕਮੇਟੀ ਇਸ ਮਾਮਲੇ ਦੇ ਵਿੱਚ ਪੱਥਰ ਦੇ ਬੁੱਤਾਂ ਵਾਂਗੂ ਪੱਥਰ ਦੀ ਬੁੱਤ ਬਣ ਕੇ ਕਿਉਂ ਬੈਠੀ ਆ? ਉਹਨਾਂ ਨੂੰ ਅੱਗੇ ਆਉਣਾ ਚਾਹੀਦਾ, ਕਹਿਣਾ ਚਾਹੀਦਾ ਕਿ ਹਾਂ ਭਾਈ ਗਲਤ ਆ, ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਜਦੋਂ ਇਹ ਗੱਲ ਕਹਿੰਦੇ ਆ ਕਿ ਗਲਤ ਆ, ਇਹਨਾਂ ਨੂੰ ਚੱਕ ਕੇ ਪਰੇ ਕਰੋ, ਫਿਰ ਉਹਦੇ ਚ ਕਾਹਦੀ ਜਿੱਤ ਬਾਜੀ ਆ? ਇਹਨਾਂ ਨੇ ਹੁਣ ਸਬ ਕਮੇਟੀ ਗਠਿਤ ਕਰ ਦਿੱਤੀ ਆ, ਉਹ ਮੀਟਿੰਗ ਕਰੂਗੀ, ਫਿਰ ਫੈਸਲਾ ਲਊਗੀ, ਉਹ ਕਈ ਦਿਨ ਆ, ਤਾਂ ਜਦ ਤੱਕ ਤੇ ਉਹ ਮੁੰਡੇ ਜਿਹੜੇ ਆ ਬੈਠੇ ਰਹਿਣਗੇ ਅੰਦਰ। ਪਹਿਲੀ ਗੱਲ ਇਹ ਕਿ ਤੁਸੀਂ ਉਹਨਾਂ ਦੇ ਕੇਸ ਵਾਪਸ ਕਰਵਾਓ, ਔਰ ਦੂਜੀ ਚੀਜ਼ ਇਹ ਆ ਕਿ ਇਹਦਾ ਨਿਬੇੜਾ ਕਰੋ, ਔਰ ਜੇ ਅਕਾਲ ਤਖ਼ਤ ਦੇ ਜਥੇਦਾਰ ਮੰਨਦੇ ਆ ਕਿ ਇਹ ਗਲਤ ਆ, ਤਾਂ ਫਿਰ ਭਾਈ ਸਾਰਿਆਂ ਨੂੰ ਇੱਥੇ ਸਹਿਮਤੀ ਜਿਹੜੀ ਆ ਉਹ ਜਿਤਾਉਣੀ ਚਾਹੀਦੀ, ਇਹਨਾਂ ਨੂੰ ਹਟਾ ਦੇਣਾ ਚਾਹੀਦਾ। ਉੱਥੇ ਜਿਹੜੇ ਵੀ ਬੁੱਤ ਸਹਿਮਤੀ ਨਾਲ ਲਾਉਣੇ ਆ ਤੁਸੀਂ ਲਾ ਲਓ। ਪਹਿਲੀ ਗੱਲ, ਬੁੱਤ ਪ੍ਰਸਤੀ ਜਿਹੜੀ ਆ ਇੱਕ ਪਾਸੇ ਤੇ ਤੁਸੀਂ ਕਹਿੰਦੇ ਸਿੱਖ ਕੌਮ ਦਾ ਹਿੱਸਾ ਹੀ ਨਹੀਂ ਆ, ਦੂਜੇ ਪਾਸੇ ਉਹਦਾ ਬੁੱਤ ਲਾ ਦਿਓ, ਉਹਦਾ ਬੁੱਤ ਲਾ ਦਿਓ, ਇੱਕ ਟਿਕਾਣੇ ਤੇ ਖਲੋਵੋ ਨਾ। ਸੋ ਇਹ ਹੁਣ ਮਾਮਲਾ ਜਿਹੜਾ ਉਹ ਇੱਥੇ ਆ ਕੇ ਮੁੱਕਦਾ ਪਿਆ ਕਿ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੇ ਤੇ ਦੱਸ ਦਿੱਤਾ ਆਪਣਾ, ਉਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਈਏ ਵਿਚਾਰ ਵੀ ਰੱਖ ਦਿੱਤਾ, ਸਭ ਕੁਛ ਸਾਫ਼ ਕਰ ਦਿੱਤਾ, ਪਰ ਦੂਸਰੇ ਪਾਸੇ ਜਿਹੜੀ ਕਮੇਟੀ ਆ ਜਿਹਦੀ ਜ਼ਿੰਮੇਵਾਰੀ ਬਣਦੀ ਹੈ ਇਹੋ ਜਿਹੇ ਅਹਿਮ ਮੌਕਿਆਂ ਤੇ ਜਿਹੜਾ ਉਹਦਾ ਰੋਲ ਬਣਦਾ, ਉਹ ਹਾਲੇ ਵੀ ਗੁਪ ਚੁੱਪ ਤਰੀਕੇ ਨਾਲ ਕਹਿ ਲਈਏ ਕਿ ਉਹ ਐ ਛੂਈ ਮੂਈ ਜੀ ਬੈਠੀ ਹੈ ਵੀ ਕੋਈ ਗੱਲ ਨਹੀਂ ਹੈ, ਜਿਸ ਤਰ੍ਹਾਂ ਚੱਲਦਾ ਚੱਲਣ ਦਿਓ ਕੰਮ। ਜੀ, ਅਗਲੀ ਜਿਹੜੀ ਗੱਲ ਕਰਦੇ ਕਹਿੰਦੇ RSS ਜੁਟਾ ਰਹੀ ਆ ਸਕੂਲਾਂ ਦੇ ਵਿੱਚੋਂ ਸਮਰਥਨ। ਦੇਖੋ ਇਹ ਪੰਜਾਬ ਤੋਂ ਖਬਰ ਆ, ਇਹ ਪੰਜਾਬ ਤੋਂ ਖਬਰ ਆ, ਔਰ ਇਹਨਾਂ ਦੇ ਪੱਖ ਦੇ ਹੀ, RSS ਦੇ ਪੱਖ ਦੇ ਹੀ ਇੱਕ ਕੌਮੀ ਅਖਬਾਰ ਨੇ ਅੱਜ ਇਹ ਖਬਰ ਛਾਪੀ। ਉਹ ਬਹੁਤ ਜ਼ਿਆਦਾ ਕਰਦੇ, ਉੱਥੇ ਅਖਬਾਰ ਜਿਹੜੇ ਆ ਨਾ ਨੰਗੇ ਚਿੱਟੇ ਹੋ ਕੇ ਤੁਰ ਪਏ ਆ, ਔਰ ਮੈਂ ਕਹਿੰਦਾ ਕਿ ਇਹੋ ਜਿਹੇ ਅਖਬਾਰ ਆ ਜਿਹੜੇ ਜਿਹੜੇ ਇੱਕ ਤਰਫਾ, ਚਾਹੇ ਉਹ ਕਾਂਗਰਸ ਨਾਲ ਤੁਰ ਪੈਣ ਚਾਹੇ ਉਹ ਭਾਜਪਾ ਨਾਲ ਤੁਰ ਪੈਣ, ਉਹਨਾਂ ਨੂੰ ਆਪਦੇ ਘਰ ਦੀਆਂ ਦਲੀਲਾਂ ਤੋਂ ਜਿੰਨੀ ਜਲਦੀ ਹੋ ਸਕੇ ਮੱਥਾ ਟੇਕ ਦਿਓ, ਨਹੀਂ ਤਾਂ ਇਹ ਤੁਹਾਡੇ ਬੱਚਿਆਂ ਨੂੰ ਇਸ ਤਰ੍ਹਾਂ ਦਾ ਹੀ ਬਣਾ ਦੇਣਗੇ ਜਿਸ ਤਰ੍ਹਾਂ ਦਾ ਹੁਣ ਇਹ ਚੱਲਦਾ ਪਿਆ ਸਾਰਾ ਕੁਛ। ਤਾਂ ਖੈਰ ਇਹ ਇਹਨਾਂ ਦੀ ਨਾ ਇੱਕ ਸ਼ਾਖਾ ਹੈ, ਜਿੱਦਾਂ ਤੁਹਾਨੂੰ ਪਤਾ ਹੀ ਹੋਏਗਾ, ਮੈਨੂੰ ਐਗਜੈਕਟ ਤੇ ਨਹੀਂ ਗਿਣਤੀ ਪਤਾ, ਜਿਹੜੀ RSS ਦੀ ਜੇ ਤੁਸੀਂ ਹਿਸਟਰੀ ਫੋਲੋਗੇ ਨਾ ਉੱਥੇ ਤੁਹਾਨੂੰ ਪਤਾ ਲੱਗ ਜਾਣਾ ਬਹੁਤ ਈਜ਼ੀਲੀ। ਤਾਂ ਇਹਨਾਂ ਦੀਆਂ 32-34 ਸ਼ਾਖਾਵਾਂ ਨੇ, ਮਤਲਬ ਕਿ ਅਗਾਂਹ ਅੱਗੇ ਸ਼ਾਖਾ ਤੇ ਵੈਸੇ ਉਹ ਕਹਿ ਦਿੰਦੇ ਨਾ ਦੂਸਰੀ ਨੂੰ ਜੋ ਇਹਨਾਂ ਦੀ ਹੁੰਦੀ ਆ ਜਿੱਥੇ ਇਹ ਸਿੱਖਿਆ ਦਿੰਦੇ ਆ, ਸ਼ਾਖਾ ਉਹਨੂੰ ਵੀ ਕਹਿ ਦਿੰਦੇ ਆ, ਪਰ ਆਪਾਂ ਸ਼ਾਖਾਵਾਂ ਕਹਿ ਦਿੰਦੇ ਹਾਂ ਕਿ ਉਹ ਵਿੰਗ ਜਿਹਨਾਂ ਨੂੰ ਅੱਗੇ ਬੋਲਦੇ ਆ, ਉਹ 32-33 ਆ ਕਿ 34 ਆ ਇੱਥੇ ਜੇ ਗਿਣਤੀ ਆ। ਤਾਂ ਉਹ ਜਿਹੜੇ ਹੈਗੇ ਆ ਜਿੰਨੇ ਵਿੰਗ, ਉਹਨਾਂ ਦੇ ਵਿੱਚੋਂ ਇੱਕ ਐਸੀ ਵੀ ਹੈਗੀ ਆ ਸੰਸਥਾ ਇਹਨਾਂ ਦੀ ਗਾਂ, ਵਿਦਿਆ ਭਾਰਤੀ ਵਿੰਗ, ਉਹ ਸਕੂਲਾਂ ਦਾ ਸੰਚਾਲਨ ਕਰਦੀ ਆ ਪੰਜਾਬ ਦੇ ਵਿੱਚ। ਦੱਸਦੇ ਆ ਕਿ ਇਹਨਾਂ ਦੇ 124 ਸਕੂਲ ਚੱਲ ਰਹੇ ਇਸ ਟਾਈਮ। ਤਾਂ ਉੱਥੇ ਜਾ ਕੇ CAA ਦੀ ਸਪੋਰਟ ਲਈ ਜਾ ਰਹੀ ਆ ਬੱਚਿਆਂ ਤੋਂ, ਔਰ ਮੈਂ ਉਹ ਫੋਟੋ ਦੇਖ ਰਿਹਾ ਸੀ ਜੋ ਉਸ ਅਖਬਾਰ ਦੇ ਬਹੁਤ ਵੱਡੇ ਪੰਨੇ ਤੇ ਲੱਗੀ ਆ ਕਿ ਇੱਕ ਬੱਚਾ ਜਿਹੜਾ ਮਸੀਂ 5-6 ਸਾਲ ਦਾ ਹੋਣਾ, ਉਹਨੂੰ ਵੀ
ਸਪੋਰਟ CAA ਲਿਖ ਕੇ ਬਲੈਕ ਬੋਰਡ ਦੇ ਅੱਗੇ ਖਿਲਾ ਰਿਹਾ ਹੋਇਆ। ਹੁਣ ਦੱਸੋ 6 ਸਾਲ ਦੇ ਬੱਚੇ ਦੇ ਸਮਰਥਨ ਦੀ ਕੀ ਜ਼ਰੂਰਤ ਪੈ ਗਈ ਹੈ ਰਾਜਕਰਨ ਜੀ? ਜੀ 6 ਸਾਲ ਦੇ ਬੱਚੇ ਨੂੰ ਕੀ ਬੌਧਿਕ ਸਮਰੱਥਾ ਹੈ ਉਹਦੇ ਕੋਲ ਕਿ ਉਹ ਸਭ ਕੁਛ ਹੈ ਜਿਹੜਾ ਉਹ ਨਿਰਣਾ ਕਰਕੇ ਤੁਹਾਡੇ ਸਾਹਮਣੇ ਰੱਖ ਦੇਵੇ? ਤੇ ਕਾਨੂੰਨਦਾਨ ਵੱਡੇ ਵੱਡੇ ਜਿਹੜੇ ਆ ਉਹ ਦੁਬਿਧਾ ਚ ਫਸੇ ਪਏ, ਦਬੰਦ ਚ ਫਸਿਆ ਪਏ ਆ ਕਿ ਭਾਰਤੀ ਜਨਤਾ ਪਾਰਟੀ ਕਰ ਕੀ ਰਹੀ ਹੈ, ਹੋ ਕੀ ਰਿਹਾ। ਤਾਂ ਇਹ ਬੱਚਿਆਂ ਦਾ ਸਮਰਥਨ ਜਿਤਾਇਆ ਜਾ ਰਿਹਾ। ਚਲੋ RSS ਦੇ ਸਕੂਲ ਆ, ਉਹ ਜੀ ਸਕ ਕੇ ਜੋ ਮਰਜ਼ੀ ਕਰੀ ਜਾਣ, ਪਰ ਇਸ ਤਰ੍ਹਾਂ ਮੇਰੇ ਖਿਆਲ ਦੇ ਨਾਲ ਬੱਚਿਆਂ ਨੂੰ ਇਹੋ ਜਿਹੇ ਪ੍ਰੋਪੇਗੰਡੇ 'ਚ ਨਹੀਂ ਘੜੀਸਣਾ ਚਾਹੀਦਾ। ਔਰ ਦੂਜੀ ਚੀਜ਼ ਇਹ ਆ ਕਿ ਉਹਨਾਂ ਦੀ ਸਟੇਟਮੈਂਟ ਹੈ, ਬਕਾਇਦਾ ਮੈਂ ਉਸੇ ਖਬਰ ਦੇ ਵਿੱਚ ਹੀ ਪੜ੍ਹ ਰਿਹਾ ਸੀ, ਮੈਂ ਇਸ ਸਟੇਟਮੈਂਟ ਨੂੰ ਕੋਟ ਵੀ ਕਰ ਦਿੰਦਾ। ਉਹ ਕਹਿੰਦੇ ਕਿ ਅਸੀਂ ਹੁਣ ਸਮਰਥਨ ਲੈਣ ਵਾਸਤੇ ਅੱਗੇ ਨਿੱਜੀ ਸਕੂਲਾਂ ਵਿੱਚ ਵੀ ਜਾਵਾਂਗੇ। ਤਾਂ ਇਹ ਮੇਰੇ ਖਿਆਲ ਦੇ ਨਾਲ ਗਲਤ ਗੱਲ ਆ ਕਿ ਤੁਸੀਂ ਠੀਕ ਹੈ ਆਪਦੇ ਸਕੂਲਾਂ ਤੱਕ ਸੀਮਤ ਰਹੋ, ਅੱਗੇ ਜਾ ਕੇ ਤੁਸੀਂ ਇਸ ਤਰ੍ਹਾਂ ਸਕੂਲਾਂ 'ਚ ਜਾਓਗੇ, ਇਹ ਰਾਜਨੀਤੀ ਸਕੂਲਾਂ 'ਚ ਨਹੀਂ ਵੜਨੀ ਚਾਹੀਦੀ। ਤਾਂ ਬੱਚੇ ਨੂੰ ਤਾਂ ਵੈਸੇ ਵੀ ਵਿਚਾਰਧਾਰਕ ਤੌਰ ਤੇ ਉਦੋਂ ਤੱਕ ਆਜ਼ਾਦ ਰੱਖ ਦੇਣਾ ਚਾਹੀਦਾ ਜਦੋਂ ਤੱਕ ਉਹ ਬਾਲਗ ਨਹੀਂ ਹੋ ਜਾਂਦਾ, ਪਰ ਇਸ ਤਰ੍ਹਾਂ ਜੇ ਤੁਸੀਂ ਸਮਰਥਨ ਜਿਟਾਓਗੇ ਤੇ ਠੀਕ ਨਹੀਂ ਹੈ। ਹੋ ਸਕਦਾ ਤੁਹਾਡੀ ਉੱਥੇ ਫਿਰ ਕੋਈ ਮੁਖਾਲਫਤ ਕਰੇ, ਵਿਰੋਧਤਾ ਕਰੇ, ਤਾਂ ਸਕੂਲਾਂ ਦਾ ਮਾਹੌਲ ਜਿਹੜਾ ਉਹ ਵਿਗੜਾਉਣ ਵਾਲੀ ਗੱਲ ਆ, ਵਿਗੜਨ ਵਾਲੀ ਗੱਲ ਆ। ਤਾਂ ਇਹਨਾਂ ਨੂੰ ਥੋੜਾ ਜਿਹਾ ਇਸ ਪਾਸੇ ਸੋਚ ਕੇ ਵਿਚਾਰ ਕੇ ਪੈਰ ਧਰਨ ਦੀ ਜ਼ਰੂਰਤ ਹੈ। ਹਾਂ, ਜਿਹੜਾ ਸਾਡਾ ਐਡਮਿਨਿਸਟ੍ਰੇਸ਼ਨ ਆ, ਪ੍ਰਸ਼ਾਸਨ, ਵੈਸੇ ਤੇ ਅੱਜ ਕੱਲ੍ਹ ਬੱਸ ਵਾਲਿਆਂ ਨੂੰ ਕਿਹਾ ਜਾਂਦਾ, ਟਰੱਕ ਵਾਲਿਆਂ ਨੂੰ ਕਿਹਾ ਜਾਂਦਾ ਕਿ ਭਾਈ ਹਾਰਨ ਹੌਲੀ ਮਾਰਿਆ ਕਰੋ, ਪ੍ਰਸ਼ਾਸਨ ਸਾਡਾ, ਸਰਕਾਰ ਸਾਡੀ, ਮੁੱਖ ਮੰਤਰੀ ਸਾਰੇ ਸੁੱਤੇ ਪਏ, ਕਿਤੇ ਇਹਨਾਂ ਦੀ ਨੀਂਦ ਦੇ ਵਿੱਚ ਖਲਲ ਨਾ ਪਵੇ। ਪਰ ਫਿਰ ਵੀ ਮੈਂ ਕਹਿੰਦਾ ਕਿ ਇਸ ਚੀਜ਼ ਦਾ ਨੋਟਿਸ ਜ਼ਰੂਰ ਲੈ ਲੈਣਾ ਚਾਹੀਦਾ ਕਿ ਕੱਲ ਨੂੰ ਕੋਈ ਇਸ ਤਰ੍ਹਾਂ ਦਾ ਉੱਥੇ ਵਿਵਾਦ ਨਾ ਹੋ ਜਾਵੇ ਜਿੱਥੇ ਆਪਾਂ ਵਿਦਿਆ ਦਾ ਮੰਦਰ ਕਹਿੰਦੇ ਆ। ਜੀ ਜੀ ਅਗਲੀ ਮਿੰਟੂ ਜੀ ਗੱਲ ਕਰਦੇ ਹਾਂ। ਜਾਂਦੇ ਜਾਂਦੇ ਕਹਿੰਦੇ ਬਿਜਲੀ ਦੇ ਮੁੱਦੇ ਦੇ ਉੱਤੇ ਰੰਧਾਵੇ ਨੇ ਕਹਿੰਦੇ ਹੁਣ ਬਲੈਕ ਪੇਪਰ ਕੀਤਾ ਜਾਰੀ। ਮੈਨੂੰ ਲੱਗਦਾ ਕਿ 4 ਦਿਨਾਂ ਨੂੰ ਇਹਨਾਂ 'ਚ ਕਿਸੇ ਨੇ ਪਿੰਕ ਕੱਢ ਦੇਣਾ ਕਿ ਪਿੰਕ ਪੇਪਰ ਆ ਮੇਰਾ, ਪਹਿਲਾਂ ਇਹ ਵਾਈਟ ਪੇਪਰ ਕਹਿੰਦੇ ਸੀ, ਹੁਣ ਬਲੈਕ ਆ ਗਿਆ, ਕੱਲ ਨੂੰ ਕੋਈ ਹੋਰ ਆ ਜਾਊਗਾ। ਇਹ ਰੰਗ ਹੀ ਬਦਲਦੇ ਰਹਿਣੇ ਆ, ਜਿੱਦਾਂ ਰੰਗ ਬਦਲ ਦਿੰਦੇ ਆ ਨਾ ਇਹ ਆਪਣੇ ਚਿਹਰਿਆਂ ਦੇ ਵੀ, ਲੋਕਾਂ ਦੇ ਨਾਲ ਕੁਛ ਕਰਕੇ ਤੇ ਬਾਅਦ ਦੇ ਵਿੱਚ ਰੰਗ ਵਟਾ ਜਾਂਦੇ ਆ। ਤਾਂ ਖੈਰ ਇਹਨਾਂ ਨੇ ਹੁਣ ਜਿਹੜਾ ਕੀਤਾ ਵਾ ਬਲੈਕ ਪੇਪਰ ਰਿਲੀਜ਼, ਉਹਦੇ ਵਿੱਚ ਦੋ ਚੀਜ਼ਾਂ ਬੜੀਆਂ ਦਿਲਚਸਪ ਨੇ, ਇੰਟਰਸਟਿੰਗ। ਮੈਂ ਜਿਵੇਂ ਅੱਗੇ ਸ਼ਬਦੋਂ ਫੇਰ ਮੈਂ ਵਾਰ ਵਾਰ ਰਿਪੀਟ ਕਰ ਰਿਹਾ ਕਿ ਇਹਨਾਂ ਦੀ ਰਾਜਨੀਤੀ ਬੜੇ ਦਿਲਚਸਪ ਮਹਾਨ ਤੇ ਖਲੋਤੀ ਆ। ਯਾਨੀ ਕੈਪਟਨ ਅਮਰਿੰਦਰ ਸਿੰਘ ਤੇ ਕਹਿੰਦੇ ਸੀਗੇ ਕਿ 6 ਮਹੀਨੇ ਲੱਗਣੇ, ਛਮਾਈ ਲੱਗਣੀ, ਆਂਕੜੇ ਉਂਕੜੇ ਅਸੀਂ ਕਲੈਕਟ ਕਰਾਂਗੇ, ਫਿਰ ਉਸ ਤੋਂ ਬਾਅਦ ਵਾਈਟ ਪੇਪਰ ਹੈ ਜਿਹੜਾ ਬਿਜਲੀ ਦੇ ਮੁੱਦੇ ਤੇ ਜਾਰੀ ਕਰਾਂਗੇ। ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਇੰਨੀ ਕਾਹਲੀ ਵਰਤੀ ਕਿ ਮੈਨੂੰ ਲੱਗਦਾ ਕਿ ਘੰਟੇ ਕੁਛ ਹੀ ਬੀਤੇ ਹੋਣੇ, ਹਾਲੇ 40 ਵੀ ਨਹੀਂ ਘੰਟੇ ਬੀਤੇ ਹੋਣੇ, ਉਹਨਾਂ ਨੇ ਚੱਕ ਕੇ ਤੇ ਬਲੈਕ ਪੇਪਰ ਰਿਲੀਜ਼ ਕਰ ਦਿੱਤਾ, ਉਹਦੇ ਵਿੱਚ ਆਂਕੜੇ ਵੀ ਚੰਗੇ ਦਿਖਾਏ ਆ। ਤਾਂ ਇੱਕ ਸਵਾਲ ਵੀ ਉੱਠੇਗਾ ਨਾ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ 6 ਮਹੀਨੇ ਕਾਹਦੇ ਮੰਗੇ ਜਾ ਰਹੇ ਸੀਗੇ? ਉਹ ਜਿਹੜੇ ਮੰਤਰੀ ਜਿਹਨਾਂ ਦੇ ਕੋਲ ਬਿਜਲੀ ਦਾ ਮਹਿਕਮਾ ਵੀ ਹੈ ਨੀਗਾ, ਉਹਨਾਂ ਨੇ ਤਾਂ ਕੁਛ ਘੰਟਿਆਂ 'ਚ ਹੀ ਲੱਭ ਲਿਆਂਦੇ ਆਂਕੜੇ, ਤੇ ਤੁਸੀਂ ਛਮਾਈ ਕਾਹਤੋਂ ਪਾਉਂਦੇ ਹੋ? ਫਿਰ ਆ ਗਿਆ ਦੇ ਵਿੱਚ ਕੋਈ ਇਸ ਗੱਲ ਦੇ ਵਿੱਚ ਕੋਈ ਹੋਰ ਐਂਗਲ ਆ, ਇਹ ਵੇਖਣਾ ਪਵੇਗਾ। ਦੂਸਰਾ ਇਹ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਤੇ ਇਹ ਤੇ ਨਹੀਂ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਘੇਰਿਆ ਇਸ ਬਹਾਨੇ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਟਸਲ ਚੱਲਦੀ ਹੈ ਕਾਂਗਰਸੀਆਂ ਦੇ ਅੰਦਰ ਖਾਤੇ, ਟਸਲ ਚੱਲਦੀ ਹੈ। ਤਾਂ ਇਹਨਾਂ ਨੇ ਸਭ ਕੁਝ ਪਹਿਲਾਂ ਹੀ ਦੱਸ ਦਿੱਤਾ, ਕਿਉਂਕਿ ਅੱਗੇ ਵੀ ਤੁਸੀਂ ਦੇਖਿਆ ਹੋਊਗਾ ਕਿ ਮਜੀਠੀਏ ਦੇ ਮਾਮਲੇ 'ਚ ਜਦੋਂ ਇੱਕ ਵਾਰੀ ਪੱਤਰਕਾਰ ਨੇ ਸਵਾਲ ਕੀਤਾ ਸੀ, ਉਹ ਕਹਿੰਦਾ ਪਤਾ ਨਹੀਂ ਇਹ ਭਤੀਜੇ ਤੇ ਕਾਹਤੋਂ ਇੰਨਾ ਮੋਹ ਜਿਹਾ ਦਿਖਾਉਂਦੇ ਆ, ਤਾਂ ਉਹ ਤੁਸੀਂ ਆਪ ਹੀ ਸਮਝ ਲਓ ਕਿਹੋ ਜਿਹੀ ਸਟੇਟਮੈਂਟ ਸੀਗੀ। ਤਾਂ ਹੁਣ ਕਹਿਣ ਦਾ ਭਾਵ ਇਹੋ ਆ ਕਿ ਜਿਸ ਤਰੀਕੇ ਨਾਲ ਇਹਨਾਂ ਨੇ ਬਲੈਕ ਪੇਪਰ ਰਿਲੀਜ਼ ਕਰ ਦਿੱਤਾ, ਉਹਦੇ ਨਾਲ ਦੋ ਚੀਜ਼ਾਂ ਸਾਫ਼ ਨੇ ਜਿਵੇਂ ਮੈਂ ਤੁਹਾਨੂੰ ਕਿਹਾ। ਇੱਕ ਤੇ ਇੱਕ ਜਿਹੜੀ ਛਮਾਈ ਵਾਲੀ ਇਹਨਾਂ ਨੇ ਇੱਕ ਬਹੁਤ ਵੱਡੀ ਲੀਕ ਖਿੱਚ ਦਿੱਤੀ ਆ, ਇੱਕ ਤੇ ਉਹਦੇ ਤੇ ਸਵਾਲ ਉੱਠਦਾ। ਦੂਸਰਾ ਇਹ ਆ ਕਿ ਸੁਖਜਿੰਦਰ ਸਿੰਘ ਰੰਧਾਵਾ ਸਰਕਾਰ ਦੀ ਇਮਦਾਦ ਕਰ ਰਹੇ ਆ ਜਾਂ ਇਸ ਬਹਾਨੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰ ਰਿਹਾ, ਇਹ ਦੂਸਰਾ ਪੱਖ ਵੀ ਦਿਲਚਸਪ ਆ। ਜੀ ਜੀ ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਮਿੰਟੋ ਜੀ, ਅਤੇ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤੀ ਹੈ, ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਅਤੇ ਸੋਤੇ ਉੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਸਮਾਪਤ ਆ, ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਗੀ ਜਿਹੀ, ਸਤਿ ਸ਼੍ਰੀ ਅਕਾਲ, ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਨੀਵਰਸਿਟੀ 1450 AM KIID ਸੈਕਰਾਮੈਂਟੋ 1470 AM KWRU